ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦੀ ਜ਼ੀਰੋ ਲਾਈਨ 'ਤੇ ਅਸੀਂ ਮੌਜੂਦ ਹਾਂ ਪਿੰਡ ਗੁਲਾਬਾ ਪੈਣੀ ਦੇ ਪੀਰ ਬਾਬਾ ਬੁਰਜੀ ਵਾਲੇ ਦੀ ਸਮਾਧ 'ਤੇ। ਅੱਜ ਜਿਹੜਾ ਸਾਲਾਨਾ ਮੇਲਾ ਜਿਹੜਾ ਲਗਾਇਆ ਗਿਆ ਹੈ, ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਈਏ, ਜ਼ੀਰੋ ਲਾਈਨ ਦੀਆਂ ਇਹ ਤਸਵੀਰਾਂ ਨੇ ਜਿਹੜੀ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਉੱਪਰ ਸਥਿਤ ਜਿਹੜੀ ਮਜ਼ਾਰ ਹੈ, ਜਿਹਦੇ 'ਤੇ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਲੋਕ ਆ ਕੇ ਸਜਦਾ ਕਰਦੇ ਹਨ। ਤਸਵੀਰਾਂ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਪੀਰ ਬਾਬਾ ਬੁਰਜੀ ਵਾਲੇ ਦੀ ਸਮਾਧ ਦੇ ਉੱਪਰ ਜਿਹੜਾ ਇਹ ਸਾਲਾਨਾ ਮੇਲਾ ਲੱਗਿਆ ਹੋਇਆ, ਜਿੱਥੇ ਸ਼ਰਧਾਲੂ ਮੱਥਾ ਟੇਕ ਰਹੇ ਨੇ, ਨਤਮਸਤਕ ਹੋ ਰਹੇ ਨੇ। ਤੁਹਾਨੂੰ ਇਸ ਮਜ਼ਾਰ ਦੀ ਜਿਹੜੀ ਖਾਸ ਗੱਲ ਦੱਸ ਦਈਏ, ਇਹ ਮਜ਼ਾਰ ਜਿਹੜੀ ਹੈ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਜ਼ੀਰੋ ਲਾਈਨ 'ਤੇ ਸਥਿਤ ਹੈ। ਕੰਡਿਆਲੀ ਤਾਰ, ਜਿੱਥੇ ਇਹ ਕੰਡਿਆਲੀ ਤਾਰ ਦੇ ਇਸ ਪਾਸੇ ਹਿੰਦੁਸਤਾਨ ਹੈ, ਅਤੇ ਪਰਲੇ ਪਾਸੇ ਦੀ ਜੇ ਗੱਲ ਕਰ ਲਈਏ ਤਾਂ ਪਾਕਿਸਤਾਨ ਦਾ ਜਿਹੜਾ ਇਲਾਕਾ, ਇਹ ਇਲਾਕਾ ਆ ਜਾਂਦਾ। ਬੁਰਜੀ ਤੁਸੀਂ ਦੇਖ ਸਕਦੇ ਹੋ ਕਿ ਜਿਹਦੇ ਉੱਤੇ ਪਾਕਿਸਤਾਨ ਦੀ ਜਿਹੜੀ ਬੁਰਜੀ ਲੱਗੀ ਹੋਈ ਹੈ, ਤਸਵੀਰਾਂ ਦੇਖ ਸਕਦੇ ਹੋ ਕਿ ਇਹ ਪਾਕਿਸਤਾਨ ਦੀ ਬੁਰਜੀ ਹੈ। ਇਹ ਇਲਾਕਾ ਜਿਹੜਾ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਹ ਇਲਾਕਾ ਪਾਕਿਸਤਾਨ ਦਾ ਇਲਾਕਾ ਹੈ, ਅਤੇ ਕੜੀ ਸੁਰੱਖਿਆ ਦੇ ਹੇਠ, ਬੰਦੂਕਾਂ ਦੇ ਸਾਏ ਦੇ ਹੇਠ ਜਿਹੜਾ ਇਹ ਮੇਲਾ ਲਗਾਇਆ ਗਿਆ ਹੈ। ਭਾਰੀ ਗਿਣਤੀ ਹੈ ਜਿਹੜੇ ਲੋਕ ਇੱਥੇ ਆਉਂਦੇ ਨੇ, ਹਿੰਦੁਸਤਾਨ ਦੇ ਨਾਲ ਨਾਲ ਪਾਕਿਸਤਾਨ ਦੇ ਲੋਕ ਵੀ, ਬਸ਼ਿੰਦੇ ਵੀ ਜਿਹੜੇ ਇੱਥੇ ਮੱਥਾ ਟੇਕਦੇ ਨੇ। ਮਜ਼ਾਰ ਦੀ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ। ਦੱਸਿਆ ਜਾਂਦਾ ਹੈ ਕਿ ਕਈ ਸਾਲਾਂ ਤੋਂ ਇਹ ਮੇਲਾ, ਸਾਲਾਨਾ ਮੇਲਾ ਲੱਗਦਾ ਹੈ। ਪਾਰਟੀਸ਼ਨ ਤੋਂ ਪਹਿਲਾਂ ਜਿਹੜਾ ਇਹ ਮੇਲਾ ਲਗਾਇਆ ਜਾਂਦਾ ਹੈ, ਅਤੇ ਇੱਥੋਂ ਦਾ ਜਿਹੜਾ ਇਤਿਹਾਸ ਦੱਸਦੇ ਨੇ ਕਿ ਪਾਰਟੀਸ਼ਨ ਤੋਂ ਪਹਿਲਾਂ ਜਿਹੜੇ ਇੱਥੇ ਕੋਲ ਕੁਸ਼ਤੀ ਅਤੇ ਖੇਡ ਮੁਕਾਬਲੇ ਕਰਾਏ ਜਾਂਦੇ ਸਨ। ਪਿੰਡਾਂ ਤੋਂ ਜਿਹੜਾ ਸਾਂਝ ਇੱਥੇ ਦਿਖਦੀ ਸੀਗੀ, ਪਰ ਪਾਰਟੀਸ਼ਨ ਤੋਂ ਬਾਅਦ ਅੱਜ ਹਾਲਾਤ ਥੋੜ੍ਹੇ ਜਿਹੇ ਬਦਲ ਗਏ ਨੇ। ਇੱਕ ਕੰਡਿਆਲੀ ਤਾਰ ਦੋਨੋਂ ਮੁਲਕਾਂ ਦੇ ਅੰਦਰ ਜਿਹੜੀ ਫਾਸਲਾ ਬਣ ਕੇ ਖੜ੍ਹਦੀ ਹੈ। ਪਰ ਸਮਾਧ ਦੀ ਜੇ ਗੱਲ ਕਰ ਲਈਏ ਤਾਂ ਸਮਾਧ ਜਿਹੜੀ ਹੈ, ਪੀਰ ਬਾਬੇ ਦੀ ਸਮਾਧ ਜਿਹੜੀ ਹੈ, ਦੋਨੋਂ ਮੁਲਕਾਂ ਦੇ ਲੋਕਾਂ ਨੂੰ ਇਕੱਠੇ ਜੋੜੇ ਹੋਏ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰਾਂ ਪੀਰ ਬਾਬਾ ਬੁਰਜੀ ਵਾਲੇ ਦੀ ਸਮਾਧ ਦੀਆਂ ਨੇ, ਜਿੱਥੇ ਸਾਲਾਨਾ ਮੇਲਾ ਲੱਗਦਾ ਹੈ। BSF ਦੀ ਨਿਗਰਾਨੀ ਦੇ ਹੇਠ ਜਿਹੜਾ ਇਹ ਮੇਲਾ ਲਗਾਇਆ ਜਾਂਦਾ ਹੈ, ਬੰਦੂਕਾਂ ਦੇ ਸਾਏ ਹੇਠ ਜਿਹੜਾ ਇਹ ਮੇਲਾ ਲੱਗਦਾ ਹੈ। ਦੋਨੋਂ ਮੁਲਕਾਂ ਦੇ ਬਸ਼ਿੰਦੇ ਜਿਹੜੇ ਇਸ ਸਮਾਧ ਦੇ ਨਾਲ ਜੁੜਦੇ ਨੇ। ਮੈਮ, ਕੈਸਾ ਲੱਗ ਰਿਹਾ ਆਪਕੋ ਕਿ ਇਸ ਸਮਾਧ ਪਰ ਆ ਕਰ ਡਿਊਟੀ ਦੇ ਰਹੇ ਹੋ, ਤੋ ਕਿਸ ਤਰ੍ਹਾਂ ਕੀ ਫੀਲਿੰਗ? ਬਹੁਤ ਹੀ ਜ਼ਿਆਦਾ ਮੁਝੇ ਅੱਛਾ ਲੱਗ ਰਿਹਾ ਹੈ, ਕਿਉਂਕਿ ਹਮੇਂ ਇਹ ਜਾਣ ਕੇ ਖੁਸ਼ੀ ਹੋਤੀ ਹੈ ਕਿ ਜੋ ਯਹਾਂ ਕੇ ਲੋਕ ਹੈ ਵੋ ਹਮਾਰੀ ਜੋ ਮਾਨਿਅਤਾ ਹੈ, ਸਭਿਅਤਾ ਹੈ, ਉਸਕੋ ਕੰਟੀਨਿਊ ਰੱਖ ਰਹੇ ਹੈ ਕਿ ਮਤਲਬ ਜੈਸੇ ਹਮਾਰੀ ਜੋ ਸਾਇੰਸ ਹੈ ਵੋ ਬਹੁਤ ਜ਼ਿਆਦਾ ਡਿਵੈਲਪ ਕਰ ਰਹੀ ਹੈ, ਤੋ ਉਸੀ ਹਿਸਾਬ ਸੇ ਮਤਲਬ ਹਮਾਰੇ ਜੋ ਕਲਚਰ ਹੈ ਵੋ ਵੀ ਬਹੁਤ ਜ਼ਿਆਦਾ ਪ੍ਰੋਗਰੈਸ ਕਰ ਰਹੇ। ਲੇਕਿਨ ਮਤਲਬ ਇਨ ਸਭ ਕੇ ਇਤਨੇ ਡਿਵੈਲਪਮੈਂਟ ਕੇ ਬਾਅਦ ਵੀ ਜੋ ਹਮਾਰਾ ਕਲਚਰ ਹੈ ਵੋ ਬਰਕਰਾਰ ਬਣਾ ਕੇ ਰੱਖਾ ਹੈ, ਜੋ ਹਮਾਰੇ ਰਿਲੀਜੀਅਸ ਨੇ, ਜੋ ਹਮਾਰੇ ਐਨਸੈਸਟਰਸ ਨੇ ਬਣਾ ਕੇ ਰੱਖਾ ਹੈ, ਵੋ ਇਹਨਾਂ ਨੇ ਕੰਟੀਨਿਊ ਰੱਖਾ ਹੈ। ਤੋ ਇਹ ਦੇਖ ਕਰ ਬਹੁਤ ਖੁਸ਼ੀ ਹੋ ਰਹੀ ਹੈ ਔਰ ਬਹੁਤ ਅੱਛਾ ਲੱਗ ਰਿਹਾ ਕਿ ਯਹਾਂ ਪੇ ਡਿਫਰੈਂਟ ਡਿਫਰੈਂਟ ਟਾਈਪਸ ਕੇ ਆ ਰਹੇ ਹੈ ਔਰ ਇਸ ਯਹਾਂ ਕਾਸਟਿਜ਼ਮ ਰਿਲੀਜੀਅਜ਼ਮ ਕੁਛ ਵੀ ਨਹੀਂ ਹੈ, ਹਿੰਦੂ ਮੁਸਲਿਮ ਸਿੱਖ ਇਸਾਈ ਸਭ ਆ ਰਹੇ ਯਹਾਂ ਪੇ। ਤੋ ਐਸ ਸੱਚ ਯੂ ਨੋ ਦੈਟ ਕਿ ਜੈਸਾ ਮਤਲਬ ਡਿਫਰੈਂਸ਼ੀਏਟ ਕਰ ਰੱਖਾ ਪਾਕਿਸਤਾਨ ਕੋ ਔਰ ਹਿੰਦੁਸਤਾਨ ਕੋ, ਮਨਾ ਹੀ ਨਹੀਂ ਹੈ ਵੋ ਵਹਾਂ ਸੇ ਜਹਾਂ ਤੱਕ ਉਨਕੀ ਜਹਾਂ ਤੱਕ ਇੱਕ ਮਤਲਬ ਦੇਸ਼ ਨੇ ਬਣਾ ਰੱਖਾ ਉਨਕੇ ਲਈ, ਸਿਕਿਉਰਿਟੀ ਫੋਰਸ ਨੇ ਬਣਾ ਰੱਖਾ ਹੈ, ਜਿਸਕੇ ਲਈ ਹਮ ਯਹਾਂ ਪੇ ਤੈਨਾਤ ਹੈ, ਜਿਸਕੇ ਲਈ ਹਮ ਆਪਣੇ ਘਰ ਸੇ ਸਾਲੋਂ ਸਾਲੋਂ ਤੱਕ ਦੂਰ ਰਹਿ ਗਿਆ, ਇਸੀ ਚੀਜ਼ ਕੋ ਕੰਟੀਨਿਊ ਰੱਖਣੇ ਕੇ ਲਈ ਹਮ ਇਹ ਚੀਜ਼ ਕਰ ਰਹੇ ਹੈ, ਤੋ ਵਹੀ ਚੀਜ਼ ਮੇਨਟੇਨੈਂਸ ਕਰਕੇ ਇਸ ਲਈ ਹਮ ਦੋ ਦੇਸ਼ੋਂ ਕੋ
ऐसा हो रहा है। ठीक है, अच्छा लग रहा है कि ठीक लग रहा है कि मतलब कंटिन्यूटी बनी रहनी चाहिए, प्रेम बना रहना चाहिए, चाहे कहीं भी रहो। बिल्कुल जी, मैं जिहड़े समाज दे श्रद्धालू ने उन्हां नाल भी सेवादारां नाल भी गल कर लैना ते किस तरह दे जिहड़े इत्थे इंतजाम की ना है जी? राजपाल सिंह। अच्छा, किस तरह का इतिहास है जी इस समाज? ਬਈ ਮੈਨੂੰ ਤਾਂ ਅੱਜ 28 ਸਾਲ ਹੋ ਗਏ, 28 ਸਾਲ ਹੋ ਗਏ ਮੇਲਾ ਦੇਖਦੇ ਨੂੰ। ਇਹ ਤਾਂ ਪੁਰਖਾਂ ਨੂੰ ਪਤਾ ਹੋਵੇ, ਪੁਰਾਣੇ ਪੁਰਖਾਂ ਨੂੰ ਬਈ ਕਿੱਦਾਂ ਮੇਲਾ ਲੱਗਿਆ। ਬਈ ਅੱਜ ਤਾਂ 28 ਸਾਲ ਹੋ ਗਏ ਅਸੀਂ ਜਿੱਦਾਂ ਦਾ ਜਨਮ ਹੋਇਆ ਉਦੋਂ ਦਾ ਮੇਲਾ ਦੇਖ ਰਹੇ ਹਾਂ। ਕਹਿੰਦੇ ਨੇ ਬਜ਼ੁਰਗਾਂ ਵੱਲੋਂ ਕੀ ਕਿਹਾ ਜਾਂਦਾ ਕਿ ਕਹਿੰਦੇ ਦੋਨੋਂ ਮੁਲਕਾਂ ਦੇ ਲੋਕ ਜਿਹੜਾ ਆਉਂਦੇ ਨੇ, ਇਹ ਆਪਸੀ ਭਾਈਚਾਰਾ ਪਿਆਰ ਜਿਹੜਾ ਬਣਦਾ ਇਸ ਸਮਾਜ ਪਹਿਲਾਂ ਬਣਦਾ ਸੀ, ਹੁਣ ਨਹੀਂ। ਹੁਣ ਤਾਂ ਪਿੱਛੋਂ ਮੱਥਾ ਟੇਕ ਕੇ ਚਲੇ ਜਾਂਦੇ ਪਾਕਿਸਤਾਨ ਵਾਲੇ, ਆਪਣੇ ਜਿਹੜੇ ਹਿੰਦੁਸਤਾਨ ਹੈ ਉਹ ਇੱਥੇ ਮਤਲਬ ਮੱਥਾ ਟੇਕ ਕੇ ਚਲੇ ਜਾਂਦੇ ਆ, ਉਹ ਇੱਥੇ ਦਰਸ਼ਨ ਕਰਨ ਆਉਂਦੇ ਆ। ਪਾਕਿਸਤਾਨ ਦੇ ਪਿੱਛੇ ਮੱਥਾ ਟੇਕ ਕੇ ਪਿੱਛੇ ਚੱਲ ਜਾਂਦੇ ਆ, ਹੱਦ ਨਹੀਂ ਕ੍ਰੋਸ ਕਰਨ ਦਿੰਦੇ। ਇਤਿਹਾਸ ਕੀ ਇਸ ਸਮਾਜ ਦਾ? ਇਤਿਹਾਸ ਇੰਨਾ ਨਹੀਂ ਬਾਈ, ਮੈਨੂੰ ਪਤਾ 28 ਸਾਲ ਹੋ ਗਏ ਮੈਨੂੰ, ਆਪ ਨਹੀਂ ਪਤਾ ਪੁਰਾਣਾ ਕਾਫੀ ਪੁਰਾਣਾ। ਸੁਰੱਖਿਆ ਕਿੰਨੀ ਕੁ? ਸੁਰੱਖਿਆ ਬਹੁਤ ਜ਼ਿਆਦਾ, BSF ਦੀ ਬਹੁਤ ਜ਼ਿਆਦਾ ਸੁਰੱਖਿਆ ਔਰ ਪੰਜਾਬ ਪੁਲਿਸ ਦੀ ਸੁਰੱਖਿਆ ਵਾ। ਕਿਸ ਤਰ੍ਹਾਂ ਦੇਖਦੇ ਹੋ ਜੀ ਮੇਲੇ ਤੋਂ ਕਿੰਨੇ ਕੁ ਲੋਕ ਜਿਹੜੇ ਇੱਥੇ ਆ ਕੇ ਮੱਥਾ ਟੇਕ? 11 ਲੋਕ ਇੱਥੇ ਆ ਕੇ ਮੱਥਾ ਟੇਕਦੇ ਆ, ਜਿਹਨੇ ਦੀ ਕੋਈ ਮੰਨਤ ਪੂਰੀ ਹੁੰਦੀ ਉਹ ਆ ਕੇ ਮੰਨਤ ਮੰਨਦਾ ਹੈ, ਫਿਰ ਆ ਕੇ ਮੱਥਾ ਟੇਕਦੇ ਆ। ਸਮਾਜ 'ਤੇ ਜਿਹੜੇ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੇ ਲੋਕ ਆ ਕੇ ਇਸ ਸਮਾਜ 'ਤੇ ਮੱਥਾ ਟੇਕਦੇ ਨੇ, ਇਹ ਇੱਕ ਵੱਖਰੀ ਸਮਾਜ ਹੈ, ਕਿਉਂਕਿ ਦੋਨੋਂ ਮੁਲਕਾਂ ਦੇ ਅੰਦਰ ਕਹਿ ਸਕਦੇ ਹਾਂ ਕਿ ਇੱਕ ਸਾਂਝ ਬਣਾਉਣ ਵਾਲੀ ਸਾਂਝ ਬਣਾ ਕੇ ਜਿਹੜੀ ਇਸ ਸਮਾਜ ਨੇ ਰੱਖਿਆ, ਦੋਨੋਂ ਮੁਲਕਾਂ ਦੇ ਬਸ਼ਿੰਦੇ ਇਸ ਸਮਾਜ 'ਤੇ ਇਕੱਠਾ ਹੁੰਦੇ ਨੇ। ਇਸ ਸਾਈਡ ਪਾਕਿਸਤਾਨ ਦੀ ਜੇ ਗੱਲ ਕਰ ਲਈਏ ਤਾਂ ਪਾਕਿਸਤਾਨ ਦੇ ਇਸ ਪਾਸੇ ਇਹ ਲੋਕ ਆ ਕੇ, ਜਿਹੜਾ ਪਾਕਿਸਤਾਨ ਦੇ ਲੋਕ ਆ ਕੇ ਇਸ ਪਾਸੇ ਤਸਵੀਰਾਂ ਦੇ ਅੰਦਰ ਦੇਖ ਸਕਦੇ ਹੋ ਕਿ ਇਸ ਜਿਹੜਾ ਇਹ ਪਾਸਾ ਹੈ ਇਹ ਪਾਕਿਸਤਾਨ ਦਾ, ਇਸ ਪਾਸੇ ਦੇ ਉੱਪਰ ਜਿਹੜੇ ਲੋਕ ਪਾਕਿਸਤਾਨ ਤੋਂ ਆਉਂਦੇ ਨੇ ਅਤੇ ਦੂਰੋਂ ਹੀ ਜਿਹੜਾ ਸਜਦਾ ਕਰਦੇ ਨੇ ਇਸ ਸਮਾਜ 'ਤੇ, ਅਤੇ ਹਿੰਦੁਸਤਾਨ ਦੇ ਲੋਕ ਮਜ਼ਾਰ ਦੇ ਅੰਦਰ ਜਾ ਕੇ ਜਿਹੜਾ ਮੱਥਾ ਟੇਕਦੇ ਨੇ। ਇਹ ਕੰਡਿਆਲੀ ਤਾਰ ਨੇ ਭਾਵੇਂ ਦੋ ਮੁਲਕ ਬਣਾ ਤੇ ਆਉਣ, ਪਰ ਇੱਕ ਸਮਾਜ ਨੇ ਦੋਨੋਂ ਮੁਲਕਾਂ ਦੇ ਬਸ਼ਿੰਦਿਆਂ ਨੂੰ ਕਈ ਵਰ੍ਹਿਆਂ ਤੋਂ ਨਾਲ ਜੋੜ ਰੱਖਿਆ ਹੈ। ਇੱਕ ਵੱਡੀ ਸਾਂਝ ਕਹਿ ਸਕਦੇ ਹਾਂ ਇਸ ਇਲਾਕੇ ਦੇ ਅੰਦਰ ਜਿਹੜੀ ਬਣੀ ਹੋਈ ਹੈ। ਹਮੇਸ਼ਾ ਜਿਹੜਾ ਹਰ ਸਾਲ ਇਸ ਸਾਲਾਨਾ ਮੇਲਾ ਇੱਥੇ ਲੱਗਦਾ ਹੈ, ਬੰਦੂਕਾਂ ਦੇ ਸਾਏ ਹੇਠ ਜਿਹੜਾ ਇਹ ਮੇਲਾ ਲਗਾਇਆ ਜਾਂਦਾ ਹੈ, ਕੜੀ ਸੁਰੱਖਿਆ ਦੇ ਵਿੱਚ ਜਿਹੜਾ ਇਹ ਮੇਲੇ ਦੇ ਅੰਦਰ ਹਜ਼ਾਰੋਂ ਦੀ ਸੰਖਿਆ 'ਚ ਜਿਹੜੇ ਸ਼ਰਧਾਲੂ ਪਹੁੰਚਦੇ ਨੇ ਅਤੇ ਮੱਥਾ ਟੇਕਦੇ ਨੇ। ਅੱਜ 18 ਜੂਨ 2024 ਨੂੰ ਬੁਰਜੀ ਵਾਲੇ ਪੀਰ ਬਾਬਾ ਜੀ ਦੇ ਦਰਗਾਹ ਦੇ ਉੱਪਰ ਮੇਲਾ ਆਯੋਜਿਤ ਕੀਤਾ ਗਿਆ ਹੈ, ਜਿਸ ਦੇ ਵਿੱਚ ਬਹੁਤ ਦੂਰ ਦੂਰ ਤੋਂ ਸ਼ਰਧਾਲੂ ਸੰਗਤਾਂ ਆ ਕੇ ਉਹਨਾਂ ਦੇ ਦਰਸ਼ਨ ਕਰ ਰਹੀਆਂ ਹੈ ਅਤੇ ਆਪਣਾ ਚਦਰ ਚੜ੍ਹਾ ਰਹੇ ਹੈ। ਇਹ ਜਿਹੜਾ ਪੀਰ ਬਾਬਾ ਦਾ ਮੇਲਾ ਹੈ ਇਹ ਫੈਂਸਿੰਗ ਤੋਂ ਅੱਗੇ ਔਰ ਇੰਟਰਨੈਸ਼ ਇੰਡੀਆ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਦੇ ਕੋਲ ਆਯੋਜਿਤ ਕੀਤਾ ਜਾ ਰਿਹਾ ਹੈ ਔਰ ਇਹ ਬਹੁਤ ਪੁਰਾਣਾ ਇੱਕ ਕਾਰਜਕ੍ਰਮ ਹੈ ਜੋ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਈਵਨ ਕਿ ਦੱਸਿਆ ਜਾਂਦਾ ਹੈ ਕਿ ਇਹ ਪਾਰਟੀਸ਼ਨ ਤੋਂ ਪਹਿਲਾਂ ਦਾ ਚੱਲ ਰਿਹਾ ਸੀ। ਅਸੀਂ BSF ਸਰਵੋਤਮ 66 ਬਟਾਲੀਅਨ ਦੇ ਆਪਣੇ ਕਾਰਮਿਕ ਆਪਣੇ ਐਸੋਸ ਆਫਿਸਰਸ ਇੱਥੇ ਡਿਪਲਾਈ ਕੀਤੇ ਹੈਗੇ ਹੈ ਔਰ ਸਾਨੂੰ ਪੂਰੀ ਮਦਦ ਸਿਵਲ ਐਡਮਿਨਿਸਟ੍ਰੇਸ਼ਨ ਔਰ ਪੰਜਾਬ ਪੁਲਿਸ ਤੋਂ ਮਿਲ ਰਹੀ ਹੈ, ਜਿਹਦੇ ਵਿੱਚ ਅਸੀਂ ਬੜੇ ਸਮੂਦਲੀ ਇਹ ਵਾਲਾ ਮੇਲਾ ਕੰਡਕਟ ਕਰ ਰਹੇ ਹਾਂ। ਦੱਸਿਆ ਜਾਂਦਾ ਹੈ ਕਿ ਇੱਥੇ 8 ਤੋਂ 10 ਹਜ਼ਾਰ ਲੋਕ ਦਰਸ਼ਨ ਕਰਨ ਆਉਂਦੇ ਹੈ ਅਤੇ ਕਿਉਂਕਿ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ
ਤੇ ਸ਼ਾਮ ਤੱਕ ਥੋੜਾ ਜਿਹਾ ਕਨਫਰਮ ਹੋ ਪਾਏਗਾ ਕਿ ਐਗਜ਼ੈਕਟ ਕਿੰਨੇ ਨੰਬਰ ਲੋਕਾਂ ਨੇ ਦਰਸ਼ਨ ਕੀਤੇ। ਸਰ ਕਹਿੰਦੇ ਨੇ ਪਾਕਿਸਤਾਨ ਵਾਲੇ ਵੀ ਮੱਥਾ ਟੇਕਦੇ ਨੇ ਇਸ ਸਮਾਜ ਨੂੰ ਜਿਹੜਾ ਮੰਨਦੇ ਨੇ, ਜਿੰਨੀ ਮਾਨਤਾ ਜਿਹੜੀ ਹਿੰਦੁਸਤਾਨ ਵਿੱਚ ਉਸੇ ਤਰ੍ਹਾਂ ਜਿਹੜੀ ਪਾਕਿਸਤਾਨ ਦੇ ਵਿੱਚ ਮਾਨਤਾ। ਹਾਂਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਪਾਰਟੀਸ਼ਨ ਤੋਂ ਪਹਿਲਾਂ ਦੇ ਹੀ ਪੀਰ ਬਾਬਾ ਬੁਰਜੀ ਵਾਲੇ ਪੀਰ ਬਾਬਾ ਦੇ ਨਾਮ ਤੋਂ ਬਹੁਤ ਮਸ਼ਹੂਰ ਸੀਗੇ ਔਰ ਇੱਥੇ ਮੇਲੇ ਹੁੰਦੇ ਸੀਗੇ, ਹਰੇਕ ਸਾਲ ਆਯੋਜਿਤ ਕੀਤੇ ਜਾਂਦੇ ਸੀ। ਉਸ ਦੌਰਾਨ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਸਭ ਲੋਕ ਪਿੰਡ ਵਾਲੇ ਜੁਆਇੰਟਲੀ ਇਕੱਠੇ ਹੋ ਕੇ ਮੇਲਾ ਬਣਾਉਂਦੇ ਸੀਗੇ, ਸੈਲੀਬ੍ਰੇਟ ਕਰਦੇ ਸੀਗੇ। ਉਸ ਤੋਂ ਬਾਅਦ ਜਦ ਪਾਰਟੀਸ਼ਨ ਤੋਂ ਬਾਅਦ ਇਹ ਕਿਉਂਕਿ ਇੰਟਰਨੈਸ਼ਨਲ ਬਾਰਡਰੀ ਦੇ ਬਿਲਕੁਲ ਨਜ਼ਦੀਕ 'ਚ ਹੈਗਾ, ਤਾਂ ਇਸ ਲਈ ਉਹ ਪਾਕਿਸਤਾਨ ਵੱਲੋਂ ਦੀ ਜਿਹੜੀ ਵੀ ਸੰਗਤ ਆਉਂਦੀ ਹੈ ਉਹ ਇੰਟਰਨੈਸ਼ਨਲ ਬਾਡੀ ਬਾਉਂਡਰੀ ਦੇ ਕੋਲ ਪਾਕਿਸਤਾਨ ਵਾਲੀ ਸਾਈਡ ਖੜ੍ਹੇ ਹੋ ਕੇ ਮੱਥਾ ਟੇਕਦੀ ਹੈ। ਹਮ ਯਹਾਂ ਆਏ ਹੈ ਮਾਥਾ ਟੇਕਨੇ, ਪੀਰ ਬਾਬਾ ਕਾ ਮੰਦਿਰ ਹੈ ਔਰ ਇਸ ਮੰਦਿਰ ਕੋ ਬੋਲਤੇ ਹੈ ਬਹੁਤ ਜ਼ਿਆਦਾ ਮਹਾਨ, ਮਤਲਬ ਮਾਨਤਾ ਬਹੁਤ ਜ਼ਿਆਦਾ ਹੈ। ਪਾਰਟੀਸ਼ਨ ਸੇ ਪਹਿਲੇ ਕਾ ਯਹਾਂ ਪੇ ਇੱਕ ਰਿਚੁਅਲ ਥੀ ਕਿ ਹਰ ਸਾਲ ਮੇਲਾ ਲੱਗਤਾ ਹੈ ਔਰ ਯਹਾਂ ਮਾਥਾ ਟੇਕਨੇ ਆਤੇ ਹੈ ਲੋਕ ਦੂਰ ਦੂਰ ਸੇ ਆਤੇ ਹੈ, ਤੋ ਕਾਫੀ ਅੱਛਾ ਹੈ, ਬਹੁਤ ਅੱਛੀ ਵਾਈਬ ਹੈ, ਜਿਸ ਤਰ੍ਹਾਂ ਸੇ ਯਹਾਂ ਪੇ ਔਰਾ ਬਣਾ ਹੁਆ ਹੈ ਜੋ ਪੋਜ਼ਿਟਿਵਿਟੀ ਹੈ, ਤੋ ਹਮੇ ਕਾਫੀ ਅੱਛਾ ਲਗਾ। ਔਰ ਹਮਾਰੇ ਫਾਦਰ ਐਕਚੁਲੀ ਯਹਾਂ ਕਾਮ ਕਰਦੇ ਹੈ, ਮਤਲਬ BSF ਮੇ ਹੈ, ਤੋ ਇਸ ਲਈ ਹਮ ਆ ਪਾਏ ਯਹਾਂ ਪੇ ਔਰ ਦਰਸ਼ਨ ਕਰ ਪਾਏ, ਸੋ ਇਟਸ ਵੈਰੀ ਨਾਈਸ, ਬਹੁਤ ਅੱਛਾ ਲੱਗਾ। ਪਹਿਲੇ ਵੀ ਕਦੇ ਆਏ ਹੋ? ਇੱਕ ਦੋ ਸਾਲ ਪਹਿਲੇ ਆਏ ਥੇ ਹਮ, ਹਾਂ ਇੱਕ ਸਾਲ ਪਹਿਲੇ ਆਏ ਹੋਏ ਹੈ, ਤੋ ਅਭੀ ਦੁਬਾਰਾ ਆਏ, ਦੂਸਰੀ ਵਾਰ ਹੈ ਯੇ ਹਮਾਰਾ, ਲੇਕਿਨ ਮਤਲਬ ਬਹੁਤ ਹੀ ਅੱਛਾ ਹੈ ਐਂਡ ਕਾਫੀ ਦਿਲ ਖੁਸ਼ ਹੋ ਜਾਂਦਾ, ਮਤਲਬ ਪੀਸ, ਯੂ ਨੋ। ਕੈਸਾ ਲਗਾ ਜੀ ਆਪਕੋ, ਕੈਸੀ ਐਕਸਾਈਟਮੈਂਟ ਕੈਸੀ ਰਹੀ, ਕਿਉਂਕਿ ਕਹਤੇ ਹੈ ਕਿ ਜ਼ੀਰੋ ਲਾਈਨ ਕੇ ਉੱਪਰ ਹੀ ਹੈ, ਤੋ ਐਕਸਾਈਟਮੈਂਟ ਕੈਸੀ? ਹਾਂ ਵੋ ਤੋ ਬਹੁਤ ਜ਼ਿਆਦਾ ਐਕਸਾਈਟਮੈਂਟ ਹੋਤੀ ਹੈ, ਬਿਕੋਜ ਬਾਰਡਰ ਕੇ ਪਾਸ ਕੁਛ ਹੋਤਾ ਹੈ ਜੈਸੇ ਪਾਕਿਸਤਾਨ ਸਾਈਡ ਮੇ ਹੀ ਹੈ ਔਰ ਯਹਾਂ ਇੰਡੀਆ ਹੈ, ਤੋ ਕਾਫੀ ਜ਼ਿਆਦਾ ਐਕਸਾਈਟਮੈਂਟ ਹੋਤੀ ਹੈ ਕਿ ਜਾ ਕੇ ਦੇਖਣਾ ਹੈ ਕਿ ਕੈਸੇ ਮਾਹੌਲ, ਕਿਉਂਕਿ ਯੂਜਲੀ ਬੋਲਤੇ ਨਾ ਬਹੁਤ ਡਰ, ਮਤਲਬ ਵੈਸੇ ਯੂਜਲੀ ਹੋਤਾ ਹੈ ਕਿ ਨਹੀਂ ਜਾਣਾ ਹੈ, ਬਟ ਜਬ ਹਮ ਯਹਾਂ ਆਏ ਤੋ ਐਸਾ ਕੁਛ ਵੀ ਨਹੀਂ ਹੁਆ, ਮਤਲਬ ਬਹੁਤ ਜ਼ਿਆਦਾ ਸਿਕਿਓਰ ਥਾ ਹਮਾਰੇ ਲਈ ਔਰ ਕਾਫੀ। ਅੰਕਿਤਾ, ਤੋ ਕੈਸਾ ਲੱਗ ਰਿਹਾ ਅੱਜ ਆਪ ਯਹਾਂ ਪਰ ਆਏ ਹੋ? ਹਮੇ ਯਹਾਂ ਪੇ ਆਕੇ ਬਹੁਤ ਅੱਛਾ ਲੱਗ ਰਿਹਾ ਹੈ, ਯਹਾਂ ਪੇ ਮੱਥਾ ਟੇਕ ਕੇ ਬਹੁਤ ਅੱਛੀ ਫੀਲ ਆ ਰਹੀ ਹੈ, ਵਾਈਬ ਬਹੁਤ ਅੱਛੀ ਹੈ ਔਰ ਐਸੇ ਵੀ ਬੋਲਾ ਜਾਤਾ ਹੈ ਫਾਜ਼ਿਲਕਾ ਕੇ ਲੋਕ ਬਹੁਤ ਅੱਛੇ ਹੋਤੇ ਹੈ, ਤੋ ਬਹੁਤ ਅੱਛੀ ਪਿਆਰ ਭਾਵਨਾ ਸੇ ਹਮ ਯਹਾਂ ਪੇ ਮੱਥਾ ਟੇਕ ਕੇ ਅਬ ਹਮ ਮੇਲਾ ਘੁੰਮਣੇ ਜਾ ਰਹੇ ਹੈਂ, ਤੋ ਬਹੁਤ ਅੱਛਾ ਲੱਗ ਰਿਹਾ ਹੈ। ਕਿਆ ਹਾਲਾਤ ਕੈਸੇ ਹੈ, ਕਿਆ ਹਿਸਟਰੀ ਕਿਆ ਹੈ, ਕੋਈ ਪਤਾ ਲਗਾ ਆਪਕੋ? ਹਾਂ, ਯੇ ਇੰਡੋ ਪਾਕਿਸਤਾਨ ਬਾਰਡਰ ਕੇ ਬੀਚ ਮੇ ਜ਼ੀਰੋ ਲਾਈਨ ਪੇ ਯੇ ਦਰਗਾਹ ਹੈ ਪੀਰ ਬਾਬਾ ਕੀ, ਤੋ ਯਹਾਂ ਪੇ ਬਹੁਤ ਅੱਛਾ ਹੈ, ਇਸਕੀ ਬਹੁਤ ਮਾਨਿਅਤਾ ਹੈ, ਬੋਲਾ ਜਾਤਾ ਹੈ ਕਿ ਯੇ ਬਹੁਤ ਜੋ ਲੋਕ ਦੂਰ ਦੂਰ ਸੇ ਆਤੇ ਹੈ ਯਹਾਂ ਪੇ ਮੱਥਾ ਟੇਕਨੇ ਔਰ ਮਤਲਬ ਮੇਰੇ ਘਰ ਵਾਲੇ, ਮੇਰੀ ਮੰਮੀ ਬਤਾਤੀ ਹੋਤੀ ਥੀ ਕਿ ਯਹਾਂ ਪੇ ਜੋ ਵੀ ਸੱਚੇ ਮਨ ਸੇ ਮਾਂਗਾ ਜਾਏ ਵੋ ਹਮੇਸ਼ਾ ਪੂਰਾ ਹੋਤਾ ਹੈ, ਯਹਾਂ ਪੇ ਫਕੀਰ ਇਨ ਸਭ ਸੇ ਬਹੁਤ ਅੱਛੀ ਤਰ੍ਹਾਂ ਸੇ ਸੱਚੇ ਦਿਲ ਸੇ ਪ੍ਰਾਰਥਨਾ ਕਰੋ ਤੋ ਸਭ ਮਾਨਿਆ ਆਪਕੀ ਪੂਰਾ ਹੋ ਜਾਤਾ। ਪਹਿਲੇ ਵੀ ਆਏ ਹੋ? ਹਾਂ, ਮੈਂ ਇੱਕ ਸਾਲ ਪਹਿਲੇ ਆਈ ਹੂੰ ਔਰ ਇਸੀ ਮਤਲਬ ਬਹੁਤ ਅੱਛੀ ਤਰ੍ਹਾਂ ਸੇ ਉਸ ਟਾਈਮ ਪੇ ਵੀ ਦਰਸ਼ਨ ਹੋਏ ਤੇ ਹਮਾਰੇ ਜੈਸੇ ਆਜ ਹੋ ਰਹੇ ਹੈ, ਤੋ ਬਹੁਤ ਅੱਛਾ ਲੱਗ ਰਿਹਾ ਹੈ। ਪਾਕਿਸਤਾਨ ਕਿਤਨੀ ਦੂਰ ਹੈ? ਯੇ ਪਾਕਿਸਤਾਨ ਹੈ ਔਰ ਯੇ ਇੰਡੀਆ ਹੈ ਔਰ ਦੇਖੋ ਆਪ ਪਾਕਿਸਤਾਨ ਕੇ ਡੌਗਸ ਵੀ ਯਹਾਂ ਪੇ ਹਮ ਮੱਥਾ ਟੇਕ ਗਏ ਹੈਂ। ਤੋ ਐਕਸਾਈਟਮੈਂਟ ਕੈਸੀ ਥੀ? ਬਹੁਤ ਐਕਸਾਈਟਮੈਂਟ ਹੋਤੀ ਹੈ ਯਹਾਂ ਪੇ ਆਕਰ, ਬਹੁਤ ਅੱਛਾ ਲੱਗਤਾ ਹੈ ਹਮੇਸ਼ਾ ਯਹਾਂ ਪੇ ਆ ਕੇ, ਮੌਸਮ ਬਹੁਤ ਅੱਛਾ ਹੋਤਾ ਹੈ ਯਹਾਂ ਕਾ ਔਰ ਮਜ਼ਾ ਆ ਜਾਤਾ ਹੈ ਯਹਾਂ ਪੇ। ਤੋ ਕਿਤਨੇ ਸਾਲੋਂ ਸੇ ਆਪ ਆ ਰਹੇ ਹੋ? ਹਮੇ ਯਹਾਂ ਪੇ ਹਮਾਰਾ ਸੈਕਿੰਡ ਈਅਰ ਹੈ ਯਹਾਂ ਪੇ ਆਏ ਹੋਏ, ਹਮ ਦੋ ਸਾਲ ਸੇ ਯਹਾਂ ਪੇ ਆ ਰਹੇ ਹੈਂ। ਅਭੀ ਕਹਾਂ ਸੇ ਬਿਲੋਂਗ ਕਰਤੇ? ਹਮ ਐਸੇ ਤੋ ਹਿਮਾਚਲ ਕੇ ਹੈਂ ਪਰ ਮੇਰੇ ਫਾਦਰ ਯਹਾਂ ਪੇ ਪੋਸਟਡ ਹੈ, ਤੋ ਅਭੀ ਉਨਕੀ ਵਜ੍ਹਾ ਸੇ ਹਮੇ ਯਹਾਂ ਪੇ ਘੂਮਨੇ ਕਾ ਮੌਕਾ ਮਿਲਤਾ ਹੈ, ਤੋ ਹਮੇ ਬਹੁਤ ਅੱਛਾ ਲੱਗਤਾ ਹੈ। ਕਿਆ ਬੋਲੇ? ਅੰਕਿਤਾ।